ਵਜੇ ਫਿਰ ਦੁਬਾਰਾ ਮੀਟਿੰਗ ਕੀਤੀ ਜਾਵੇਗੀ ਅਤੇ ਸੈਚਰਡੇ ਜਿਹੜੀਆਂ ITਆਂ ਤੇ ਕਾਰਡ ਬਣੇ ਨੇ ਵਲੰਟੀਅਰਾਂ ਦੇ ਉਹ ਉਹਨਾਂ ਨੂੰ ਦਿੱਤੇ ਜਾਣਗੇ। ਸੋ ਇੱਕ ਮੈਂਡੇਟੋਰੀ ਮੀਟਿੰਗ ਆ ਤੁਹਾਡੀ, ਐਟਲੀਸਟ ਸੈਚਰਡੇ ਦੀ ਮੀਟਿੰਗ ਜਿਹੜੇ ਵਲੰਟੀਅਰ ਵੀਰ ਨੇ ਉਹ ਮਿਸ ਨਾ ਕਰਨ, ਉਦਣ ਨੂੰ ਡਿਊਟੀਆਂ ਲਾਈਆਂ ਜਾਣਗੀਆਂ ਤੇ ਤੁਹਾਨੂੰ ਤੁਹਾਡੇ ਆਈਡੀ ਕਾਰਡ ਜਿਹੜੇ ਤੁਹਾਡੇ ਗਲਾਂ ਵਿੱਚ ਪਾਉਣੇ ਨੇ ਉਸ ਦਿਨ ਨੂੰ ਤੁਹਾਡੀ ਆਈਡੈਂਟੀ ਦੇ ਲਈ ਉਹ ਦਿੱਤੇ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸੈਕਰਾਮੈਂਟੋ ਵਾਸੀਆਂ ਨੂੰ ਬੇਨਤੀ ਹੈ, ਈਵਨ ਕੈਲੀਫੋਰਨੀਆ ਦੇ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੀ ਲੜਾਈ ਹੁਣ ਸਾਡੇ ਘਰ ਦੇ ਵਿੱਚ ਆ ਰਹੀ ਹੈ, ਜਿਹੜੀ ਰੈਫਰੈਂਡਮ ਦੀ ਵੋਟਾਂ ਦੀ ਲੜਾਈ ਅਸੀਂ ਲੜ ਰਹੇ ਹਾਂ, ਹੁਣ ਸਾਡਾ ਜਿਹੜਾ ਆ ਉਹ ਬਣਦਾ ਯੋਗਦਾਨ ਸਾਨੂੰ ਪਾਉਣ ਦਾ ਟਾਈਮ ਆ ਗਿਆ। ਸੋ 31 ਮਾਰਚ ਨੂੰ ਇੱਥੇ ਪਿੱਛੇ ਜਿਹੜਾ ਹਿਸਟੋਰਿਕ ਦਿਨ ਬਣ ਜਾ ਰਿਹਾ ਤੇ ਕੱਲ ਨੂੰ ਜਹੇਦਾਰ ਸਾਹਿਬ ਦੇ ਨਿਮਿਤ ਖੰਡ ਪਾਠ ਰੱਖੇ ਜਾਣੇ ਨੇ। ਸਾਰੀਆਂ ਫੈਮਿਲੀਆਂ ਸਾਰੇ ਟੱਬਰਾਂ ਸਮੇਤ ਪਹੁੰਚੋ ਤੇ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਕਿ ਲਗਾਤਾਰ 2 ਦਿਨ ਮੀਟਿੰਗ ਜ਼ਰੂਰ ਪਹੁੰਚੋ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਤਾਨ ਜ਼ਿੰਦਾਬਾਦ, ਖਾਲਸਤਾਨ ਜ਼ਿੰਦਾਬਾਦ, ਖਾਲਸਤਾਨ ਜ਼ਿੰਦਾਬਾਦ, ਖਾਲਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਹੈ ਉਹ ਜਗ੍ਹਾ ਜਿੱਥੇ ਇਤਿਹਾਸ ਬਣਨ ਜਾ ਰਿਹਾ। 31 ਮਾਰਚ ਨੂੰ ਦਿਨ ਐਤਵਾਰ ਨੂੰ ਜਿੱਥੇ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ, ਜਿਨ੍ਹਾਂ ਵੋਟਾਂ ਨੇ ਪੰਜਾਬ ਨੂੰ ਉਹਨਾਂ ਨਾਜੀ ਹੁਕਮਰਾਨਾਂ ਤੋਂ ਆਜ਼ਾਦੀ ਦਿਵਾਉਣੀ ਆ, ਤੁਹਾਡਾ ਖਾਲਿਸਤਾਨ ਬਣਨ ਜਾ ਰਿਹਾ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ 31 ਮਾਰਚ ਨੂੰ ਸਵੇਰੇ 9 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ ਨੇ, ਉਸ ਤੋਂ ਪਹਿਲਾਂ ਸਾਡੇ ਕੌਮੀ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਦੇ ਨਿਮਿਤ ਖੰਡ ਪਾਠ ਸਾਹਿਬ ਕੱਲ੍ਹ ਨੂੰ ਸ਼ੁੱਕਰਵਾਰ ਨੂੰ 29 ਮਾਰਚ ਨੂੰ ਸ਼ੁਰੂ ਹੋਣੇ ਨੇ, 31 ਮਾਰਚ ਨੂੰ ਭੋਗ ਪਾ ਕੇ ਅਰਦਾਸ ਕੀਤੀ ਜਾਣੀ ਹੈ। ਗੁਰਦੇਵ ਸਿੰਘ ਕੌਂਕੇ ਜਥੇਦਾਰ ਸਾਹਿਬ ਨੂੰ ਕੌਮੀ ਜਿਹੜਾ ਸ਼ਹੀਦ ਹੈ ਉਹ ਐਲਾਨਿਆ ਜਾਣਾ ਤੇ ਮੇਰੇ ਪਿੱਛੇ ਵਲੰਟੀਅਰਾਂ ਦੀ ਟੀਮ ਖੜੀ ਹੈ। ਸਾਡੇ ਕੋਲ ਘੱਟੋ ਘੱਟ 200 ਵਲੰਟੀਅਰ ਦੇ ਨਾਂ ਪਹੁੰਚ ਚੁੱਕੇ ਨੇ,